हाँ जी, सत श्री अकाल जी सारे नूं। अज दी वीडियो च आपां एक नवीं सीरीज स्टार्ट करन लगे हां। सीरीज कादी मैं चलिया जी गेड़े ते, ते उहदे विच पंज या छे दिन जिन्ने भी लगनगे ते मैं एवरी डे दी रिकॉर्डिंग करके पाऊंगा कि डे वन नूं की बनिया ते डे टू नूं की होया ते डे थ्री नूं की होया, ते एक दी सीरीज बनावांगे आपां पंजां दिनां दी। ते मैं कोशिश करूंगा कि ये मैनूं पता है ना एवरी डे मेरे लिए भी एडिटिंग करना थोड़ा जिहा हार्ड हो जांदा, पर मैं कोशिश करूँगा एवरी सैकेंड या थर्ड डे वीडियो पा के तो आप दसा पंद्रह दिन सारिया जिन्या भी जी मैं लगता पांच की वीडियो बननी है क्योंकि यूजली अपन पांच दिन लगते हैं। तो अज पहला दिन आज तो एक्चुअली हम पहली रात हो चुकी है, पर मैं अज सारे दिन का जोड़ा शूट आ शेयर करदा। तो आप पहला मैं दसदा मैं लोड चक लिया सी, मैं चलिया ऐतकी थोड़ी नवी जगह चलिया नाले तो इस करके थोड़ा एक्साइटमेंट भी हाँ एक्साइटेड भी हाँ। मैं चलिया जी ओकलाहोमा, तो ओकलाहोमा मैं गया वा पहला भी जिदा दो तीन साल पहला काफ़ी बारी गया सी, बाद च फिर टैक्सस नहीं जाई गए है ना, उधर नूं इन्ना कदी जाण दी लोड़ ही नहीं पई। तो हुण तुहानूं पता कम थोड़ा जिहा डामाडोल होया तो इस करके है ना हुण थोड़ा जिहा आपां देखना पैंदा ना किधर जाण च आपां नूं फायदा ते किधर नहीं, ते तां करके ऐतकी मैं चलिया ओकलाहोमा नूं। ते आ डे वन तो आपां स्टार्ट करदे हां, ते आपां स्टार्ट करदे हां घरों ही, ते लेट्स गो जी। होपफुली तुसीं इह सीरीज़ नूं इंजॉय करोगे। हो गया जी अपना पूरे वीक वास्ते पूरा। हाँ जी चलिए जी फिर ट्रक को पहुंच गए जी ट्रक को ते रखिए हुण समान वगैरह ते तुरन दी करिए तैयारी। टाइम होया जी 7:30, पर हुण गर्मियां होण करके इदा लग रहा जिदा 10-11 बज गए होंगे, तो मौसम का काफ़ी फर्क पै गया, थोड़ा जिहा मौसम हुण गर्मैश वालू जा रहा इत्थे। चलो रखिए समान ते करिए तैयारी ते तुरिए इथों। चलन तो पहला एक बारी कोशिश कर लेनी चाहिए कि जिहड़े रस्ते तुसीं जाणा ना भावें तुसीं उत्थे गए भी हाँ, पर एक बारी फिर भी तुसीं अपने फोन च पा के देख लो भी है ना भी
ਵੀ ਕਿਹੜਾ ਰਸਤਾ ਤੁਹਾਨੂੰ ਸੂਟ ਕਰੂਗਾ। ਹੁਣ ਜਿੱਦਾਂ ਹੁਣ ਜਿੱਥੇ ਮੈਂ ਚੱਲਿਆ ਉੱਥੇ ਮੈਨੂੰ ਦੋ ਰਸਤੇ ਰეკਮੈਂਡ ਕਰ ਰਿਹਾ, ਉਹਦੇ ਵਿੱਚੋਂ ਮੈਂ ਇੱਕ ਰਸਤਾ ਚੂਜ਼ ਕਰਨਾ। ਤੇ ਜੇ ਤੁਸੀਂ ਪਹਿਲਾਂ ਹੀ ਇਹ ਚੀਜ਼ਾਂ ਕੀਤੀਆਂ ਹੋਣਗੀਆਂ ਫਿਰ ਤੁਹਾਨੂੰ ਡਿਸਾਈਡ ਕਰਨਾ ਈਜ਼ੀ ਹੋ ਜਾਊਗਾ। ਫੋਰ ਐਗਜ਼ਾਮਪਲ ਮੈਂ ਜਾਣਾ ਵਾ ਇੱਥੇ, ਹੈ ਨਾ, ਅਤੇ ਇਹਦੀ ਜੇ ਮੈਂ ਡਾਇਰੈਕਸ਼ਨ ਪਾ ਕੇ ਦੇਖਾਂ ਤਾਂ ਦੇਖਦੇ ਕੀ ਰਿਕਮੈਂਡ ਕਰਦਾ ਜੀ। ਆਹ ਦੇਖੋ ਦੋ ਰਸਤੇ ਰਿਕਮੈਂਡ ਕਰ ਰਿਹਾ ਏ। ਆਹ ਜਿਹੜਾ ਉਤਲਾ ਵਾ ਇਹ ਹੈਗੀਆਂ ਨੇ 1493 ਮੀਲਾਂ, ਅਤੇ ਜਿਹੜਾ ਥੱਲੇ ਵਾਲਾ ਵਾ ਇਹ ਹੈਗੀਆਂ 1625 ਮੀਲਾਂ। ਅਤੇ ਮੀਲਾਂ ਤਾਂ ਇਹਦੀਆਂ ਘੱਟ ਆ ਜਿਹੜੀਆਂ ਉਤਲਾ ਵਾ, ਪਰ ਇਹਦੇ ਵਿੱਚ ਇਹ ਆ ਕਿ ਆਹ ਜਿਹੜਾ ਰਸਤਾ ਇਹ ਲੰਘਦਾ ਪੈਨਸਲਵੇਨੀਆ ਦੇ ਵਿੱਚ ਦੀ, ਹੈ ਨਾ, ਅਤੇ ਆਹ ਸਾਰਾ ਜਿਹੜਾ ਵਾ ਟੋਲ ਰੋਡ ਆ। ਮਤਲਬ ਕਿ ਇਹ ਟੋਲ ਰੋਡ ਬੇਸਿਕਲੀ ਇੱਥੋਂ ਹੀ ਸਟਾਰਟ ਹੋਏ ਨਾ ਆਪਣੇ ਯਾਰਡ ਦੇ ਨੇੜੇ ਹੀ, ਅਤੇ ਸਾਰਾ ਹੀ ਟੋਲ ਰੋਡ ਆ। ਅਤੇ ਆਪਾਂ ਨੂੰ ਆ 76 ਜਦ ਤੱਕ ਆਪਾਂ ਇੱਥੇ ਨਹੀਂ ਪਹੁੰਚ ਜਾਂਦੇ 70 'ਤੇ ਆਪਾਂ ਨੂੰ ਟੋਲ ਦੇਣਾ ਪੈਣਾ, ਅਤੇ ਟੋਲ ਇਹਦਾ ਬਹੁਤ ਜ਼ਿਆਦਾ ਹਾਈ ਆ, ਆਲਮੋਸਟ $200 ਟੋਲ ਲੱਗ ਜਾਣਾ ਆਪਣਾ ਨਾ। ਅਤੇ ਉਹਦੇ ਬਾਅਦ ਅੱਗੇ ਜਾ ਕੇ ਵੀ ਮੈਨੂੰ ਪਤਾ ਆਹ ਵੀ ਸਾਰਾ ਟੋਲ ਰੋਡ ਆ, ਆਹ ਜਿਹੜਾ ਰੋਡ ਆ 44। ਅਤੇ ਇਹਦੇ ਬਜਾਏ ਆਪਾਂ ਨੂੰ ਮੀਲਾਂ 'ਤੇ 100-150 ਵੱਧ ਪਊਗੀ, ਪਰ ਇੱਥੇ ਕੋਈ ਟੋਲ ਨਹੀਂ ਹੈਗਾ ਜਿਹੜਾ ਥੱਲੇ ਵਾਲਾ ਰਸਤਾ ਨਾ। ਸਿਰਫ ਇੱਕੋ ਹੀ ਟੋਲ ਆ ਨਿਊ ਜਰਸੀ ਤੋਂ ਬਾਹਰ ਨਿਕਲਣ ਦਾ, ਉਹਦੇ ਬਾਅਦ ਆਪਾਂ ਨੂੰ ਕੋਈ ਟੋਲ ਨਹੀਂ ਪੈਣਾ। ਮੀਲ ਜ਼ਰੂਰ ਇਹਦੀ 125 ਜ਼ਿਆਦਾ ਵਾ। ਨਾਲੇ ਦੂਜੀ ਗੱਲ ਇਹ ਆ ਜਿਹੜਾ ਆਹ ਰੂਟ ਆ ਇਹ 'ਤੇ ਤੇਲ ਸਸਤਾ, ਜਿਹੜੇ ਰਾਹ 'ਚ ਸਟੇਟਾਂ ਆਉਣੀਆਂ ਨੇ ਇੱਥੇ ਤੇਲ ਸਸਤਾ, ਨਾਲੇ ਆਹ ਸਟੇਟਾਂ ਥਾਣੀ ਹੀ ਆਪਾਂ ਯੂਜਲੀ ਜਾਈਦਾ, ਅਤੇ ਇਸ ਕਰਕੇ ਮੈਨੂੰ ਰੁਕਣ ਦੇ ਟਿਕਾਣੇ ਵੀ ਪਤਾ ਇੱਥੇ। ਅਤੇ ਜਿਹੜੀਆਂ ਉਤਲੀਆਂ ਵਾ ਉੱਦਾਂ ਗਿਆ ਤਾਂ ਮੈਂ ਇੱਥੇ ਵੀ ਹੈਗਾ ਵਾਂ ਕਈ ਵਾਰੀ, ਬਟ ਜਦੋਂ ਆਪਸ਼ਨ ਹੋਏ ਇਹਨਾਂ ਦੋਨਾਂ ਦੇ ਵਿੱਚੋਂ ਵੀ ਆਹ ਰੂਟ ਤੋਂ ਜਾਣਾ ਕਿ ਆਹ ਰੂਟ ਤੋਂ ਜਾਣਾ, ਉਦੋਂ ਮੈਂ ਥੱਲੇ ਵਾਲਾ ਹੀ ਚੂਜ਼ ਕਰਦਾ। ਈਵਨ ਦੋ ਇਹਦੀ 100-150 ਮੀਲ ਜ਼ਿਆਦਾ ਵਾ, ਕਿਉਂਕਿ ਇਹਦੇ ਵਿੱਚ ਆਪਾਂ ਜਿੰਨੀਆਂ ਮੀਲਾਂ ਜ਼ਿਆਦਾ ਉਹ ਤੋਂ ਜ਼ਿਆਦਾ ਆਪਾਂ ਟੋਲ ਸੇਵ ਕਰ ਲੈਣਾ। ਅਤੇ ਨੋਟ ਓਨਲੀ ਦੈਟ, ਇਹ ਉਤਲੇ ਰਸਤੇ 'ਤੇ ਪਹਾੜੀਆਂ ਜ਼ਿਆਦਾ ਆਉਣੀਆਂ, ਹੈ ਨਾ, ਅਤੇ ਟਰੱਕ ਨੇ ਤੇਲ ਵੀ ਵੱਧ ਖਾਣਾ, ਅਤੇ ਉੱਧਰੋਂ ਤੇਲ ਮਿਲਣਾ ਵੀ ਮਹਿੰਗਾ ਵਾ, ਅਤੇ ਜਿਹੜੀਆਂ ਥੱਲੜੀਆਂ ਸਟੇਟਾਂ ਇੱਥੇ ਪਹਾੜੀਆਂ ਘੱਟ ਆ, ਅਤੇ ਆਪਾਂ ਨੂੰ ਤੇਲ ਵੀ ਸਸਤਾ ਮਿਲਣਾ। ਇਸ ਕਰਕੇ ਆਪਾਂ ਜਿਹੜਾ 1625 ਮੀਲਾਂ ਵਾਲਾ ਰੂਟ ਆ ਇਹਨੂੰ ਫੋਲੋ ਕਰਾਂਗੇ। ਜਿਹੜੀ ਜਗ੍ਹਾ ਤੋਂ ਟਰੱਕ ਕੱਢਿਆ ਸੀ ਉੱਥੇ ਆਪਾਂ ਆਪਣੀ ਗੱਡੀ ਖਿਲਾਰਤੀ, ਇਹਦੇ ਨਾਲ ਇਹ ਆਪਣੀ ਜਿਹੜੀ ਇਹ ਸਪੋਟ ਆ ਇਹ ਰਿਜ਼ਰਵ ਰਹਿੰਦਾ ਵਾ। ਨਹੀਂ ਤਾਂ ਕਈ ਵਾਰੀ ਕੀ ਹੁੰਦਾ ਆਪਾਂ ਜੇ ਗੱਡੀ ਨਾਲ ਆ ਕੇ ਜਾਈਏ ਅਤੇ ਕੋਈ ਹੋਰ ਵੀਰ ਭਰਾ ਆ ਕੇ ਆਪਣਾ ਟਰੱਕ ਇੱਥੇ ਲਾ ਦਿੰਦਾ, ਅਤੇ ਫਿਰ ਆਪਾਂ ਨੂੰ ਨਵਾਂ ਸਪੋਟ ਲੱਭਣਾ ਪੈਂਦਾ, ਕਿਉਂਕਿ ਸਾਡੇ ਯਾਰਡ ਦੇ ਵਿੱਚ ਜਿਹੜੇ ਸਪੋਟ ਆ ਉਹ ਰਿਜ਼ਰਵ ਨਹੀਂ ਹੈਗੇ। ਇਹ ਬਸ ਜਿਹਨੂੰ ਜਿੱਥੇ ਜਗ੍ਹਾ ਮਿਲ ਗਈ ਉੱਥੇ ਲਾ ਦਿੰਦਾ। ਅਤੇ ਪਰ ਮੇਰਾ ਤਾਂ ਆਲਮੋਸਟ ਸ਼ੁਰੂ ਤੋਂ ਇਹੋ ਟਿਕਾਣਾ ਵਾ, ਕਿਉਂਕਿ ਮੈਂ ਤਕਰੀਬਨ ਜਦੋਂ ਵੀ ਟਰੱਕ ਕੱਢਦਾ ਵਾਂ ਇੱਥੇ ਆਪਣੀ ਗੱਡੀ ਲਾ ਕੇ ਜਾਈਦੀ ਆ, ਅਤੇ ਹਜੇ ਤੱਕ ਤਾਂ ਆਪਣਾ ਸਪੋਟ ਕਿਸੇ ਨੇ ਮੱਲਿਆ ਨਹੀਂ, ਗਾਂਹ ਦਾ ਕੁਝ ਕਹਿ ਨਹੀਂ ਸਕਦੇ। ਟਰੱਕ ਵੀ ਵਿਚਾਰਾ ਜਦੋਂ ਦਾ ਵਾਇਰਸ ਚੱਲਿਆ ਉਦੋਂ ਦਾ ਟਰੱਕ ਹੀ ਨਹੀਂ ਧਵਾਇਆ, ਇੰਨਾ ਗੰਦਾ ਟਰੱਕ ਮੈਂ ਕਦੀ ਹੋਣ ਨਹੀਂ ਦਿੱਤਾ। ਇਹ ਤੁਹਾਨੂੰ ਕੈਮਰੇ 'ਚ ਸਾਫ਼ ਲੱਗਦਾ ਹੋਣਾ ਪਰ ਮਿੱਟੀ ਬਹੁਤ ਚੜੀ ਆ ਟ੍ਰੇਲਰ 'ਤੇ ਟਰੱਕ 'ਤੇ। ਅਤੇ ਜੇ ਐਤਕੀ ਆਪਾਂ ਨੂੰ ਮੌਕਾ ਲੱਗਿਆ ਅਤੇ ਐਤਕੀ ਟਰੱਕ ਨੂੰ ਵੀ ਧਵਾਉਣਾ ਹੀ ਧਵਾਉਣਾ, ਨਹੀਂ ਤਾਂ ਇਹ ਵੀ ਵਿਚਾਰਾ ਕਈ ਵਾਰੀ ਜ਼ਿਆਦਾ ਮਿੱਟੀ ਮੁੱਟੀ ਚੜ ਜੇ ਅਤੇ ਟਰੱਕ ਵੀ ਕਈ ਵਾਰੀ ਨਾਰਾਜ਼ ਹੋ ਜਾਂਦਾ। ਨਾਰਾਜ਼ ਹੋਣ ਦਾ ਮਤਲਬ ਇਹ ਵੀ ਜਿਹੜੇ ਦੇ ਸੈਂਸਰ ਸੁੰਸਰ ਨੇ ਨਾ, ਕਈ ਵਾਰੀ ਸੈਂਸਰ ਵਗੈਰਾ ਦਾ ਵੀ ਮਿੱਟੀ ਮੁੱਟੀ ਪੈ ਜਾਏ ਅਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ, ਇਸ ਕਰਕੇ ਟਰੱਕ ਨੂੰ ਧਵਾ ਕੇ ਰੱਖਣ 'ਚ ਹੀ ਫਾਇਦਾ। ਅਤੇ ਉਹ ਮੇਰੀ ਗਲਤੀ ਆ, ਗਲਤੀ ਵੀ ਕਹਿ ਸਕਦੇ ਹਾਂ, ਅਣਗਹਿਲੀ ਵੀ ਕਹਿ ਸਕਦੇ, ਜਿੱਦਾਂ ਮਰਜ਼ੀ ਕਹਿ ਲਓ। ਅਤੇ ਵਾਇਰਸ ਕਰਕੇ ਕੰਮ 'ਤੇ ਮੈਂ ਗਿਆ ਵੀ ਨਹੀਂ ਇੰਨਾ, ਹੈ ਨਾ, ਆਲਮੋਸਟ ਜੇ ਇੱਕ ਹਫ਼ਤਾ ਕੰਮ 'ਤੇ ਗਿਆ ਤਾਂ 10 ਦਿਨ ਛੁੱਟੀਆਂ ਕੀਤੀਆਂ ਨੇ, ਤਾਂ ਕਰਕੇ ਥੋੜ੍ਹਾ ਮੌਕਾ ਵੀ ਨਹੀਂ ਲੱਗਾ। ਬਟ ਇਸ ਗੇੜੇ ਜਦੋਂ ਆਪਾਂ ਨੂੰ ਟਾਈਮ ਲੱਗਾ ਆਪਾਂ ਟਰੱਕ ਵਾਸ਼ ਕਰਾਉਣਾ ਹੀ ਕਰਾਉਣਾ। ਅਤੇ ਤੁਰ ਪਿਆ ਜੀ ਮੈਂ ਯਾਰਡ ਦੇ ਵਿੱਚੋਂ, ਅਤੇ ਐਤਕੀ ਕੈਮਰੇ ਮੇਰੇ ਕੋਲ ਦੋ ਨੇ, ਇੱਕ ਕੈਮਰਾ ਆਹ ਲੱਗਾ ਅਤੇ ਇੱਕ ਮੇਰੇ ਕੋਲ ਉਹ ਮੇਰੇ ਕੋਲ ਇਹ ਕੈਮਰਾ ਤਾਂ ਪਹਿਲਾਂ ਵੀ ਪਿਆ ਸੀਗਾ, ਮੈਂ ਕਦੇ ਇਹਨੂੰ ਯੂਜ਼ ਹੀ ਨਹੀਂ ਸੀ ਕੀਤਾ। ਇਹ ਜਿਹੜਾ ਕੈਮਰਾ ਵਾ ਇਹ ਬੇਸਿਕਲੀ ਤੁਹਾਡੇ ਹੈੱਡ 'ਤੇ ਮਾਊਂਟ ਹੋ ਜਾਂਦਾ ਵਾ, ਅਤੇ ਇਹ ਆਈ ਥਿੰਕ ਸੇਫ ਆ ਨਾ, ਇਹਦੇ ਨਾਲ ਮੇਰੇ ਦੋਨੋਂ ਹੱਥ ਵੀ ਫ੍ਰੀ ਨੇ ਦੇਖੋ, ਅਤੇ ਕੈਮਰਾ ਆਪਾਂ ਨੂੰ ਇੱਦਾਂ ਕਿਸੇ ਵੀ ਗਲਤ ਪੋਜੀਸ਼ਨ 'ਚ ਫੜ ਕੇ ਨਹੀਂ ਫੜਨਾ ਨਹੀਂ ਪੈਂਦਾ, ਹੈ ਨਾ। ਅਤੇ ਅੱਜ ਹੈਗਾ ਜੀ ਸੈਟਰਡੇ, ਤਾਂ ਕਰਕੇ ਰੋਡ 'ਤੇ ਤਾਂ ਅੱਜ ਕੱਲ੍ਹ ਉੱਦਾਂ ਹੀ ਟ੍ਰੈਫਿਕ ਬਹੁਤ ਘੱਟ ਆ, ਅਤੇ ਹੋਪਫੁਲੀ ਆਪਾਂ ਨੂੰ ਟ੍ਰੈਫਿਕ ਇੰਨਾ ਨਹੀਂ ਮਿਲੂਗਾ। ਅਤੇ ਬਾਕੀ ਕੁਝ ਕਹਿ ਵੀ ਨਹੀਂ ਸਕਦੇ, ਕਈ ਵਾਰੀ ਕੰਸਟਰਕਸ਼ਨ ਵਗੈਰਾ ਚੱਲਦੀ ਹੁੰਦੀ ਹੈ ਅਤੇ ਉਹਦੇ ਨਾਲ ਵੀ ਟ੍ਰੈਫਿਕ ਹੋ ਜਾਂਦਾ।
ਤੇ ਚਲੋ ਕਰਦੇ ਆਪਾਂ ਆਪਣੀ ਜਰਨੀ ਸ਼ੁਰੂ। स्टॉप तो छेती लग गया क्योंकि ट्रक दे विच तेल बहुत घट आ, तो यूजली मैं इतों नहीं तेल भरा, मैं तेल अगों भरा हूं, बट कि अपन थोड़ा तेल डेलवेयर चो भरा पैना। तेल पैना हो गया स्टार्ट, जी तेल दूजे पास अमरीका दे विच सेम टाइम दे दोनों पासे तेल पैंदा। आई थिंक जे मैं रोंग नहीं हाँ, मे बी कई स्टेटा च पा सकते हुए, पर कैनेडा दे विच तुसीं एक टाइम ते एक साइड ते तेल पा सकते हो ना, जदों तुसीं एक एक साइड तो फिनिश हो गए फिर दूजे पासे तेल पैना स्टार्ट हुंदा, पर इत्थे सेम टाइम ते तुसीं दोनों पासे पा लैंदे आ। हाँ, जिहड़ा हाईवे आ इहनूं I-95 कहिंदे आ, ये बड़ा मेजर हाईवे आ अमेरिका का, इत्थे मतलब कि काफ़ी वड्डी पापूलेशन रहिंदी आ 95 दे उत्ते, ते लंबा भी काफ़ी है। बड़ा ज़्यादा तेल नहीं भरा, आप 50 गलना भराने इतों, बाकी अगे जाके भरावे। फिलहाल आपां चलिए, आ देखो नवा कैमरा, नवा नहीं है एक्चुअली मेरा पुराना कैमरा वा, इहनूं मैं बहुत घट यूज किया ते मेरे को हैड माउंट भी सीगा ना, तो मैं चलो इन इसे काम च यूज़ करते हैं, नाले ये नाल अपने हाथ भी फ्री रहिंदे आ ते कैमरा भी यूज हो जाता। तो चलो चलते हैं इतों, तो फिर रुकते हैं नैक्सट स्टॉप से।
मैं सोच रहा कि ट्रक इतों ही वॉश कराना पर इतने तो लाइन ही बड़ी लगी है घट्टो घट्ट भी मेरे मूहरे 9 ट्रक ने तो मसला भी है जो लाइन च लग गए फिर तू निकलना बड़ा औखा क्योंकि निकलने जगह नहीं बनाई इन्होंने बट मैं वो बंदे गल करके आया फिर चिट्टा ट्रक है ना इन मैं क्या जो ये ट्रक मूव होगा तू जो चिट्टे तो एक्चुअली पिछला ट्रक है वह भी चिट्टा ही है कि जो वह मूव होगा तू 2 मिनट वेट कर ली क्योंकि इतों ट्रक घूम जाना जी आ जगह ना इतों ट्रक घूम के तो कि होर बे आदि वाड़ के ट्रक बाहर निकल जाना तो मैं कहा यार मेरे को इन्ना टाइम नहीं है ना क्योंकि मेरी लॉग बुक के आवर्स मुक् जाने ना जब मैं इतने वेट किया इन्ना तो मैं उन्हें कहा तू वेट कर ली तो मैं निकल आन दी है ना जी मैं जिते तेल भरा इतने तेल भराने तो एक छोटी जी ब्रेक लें रोटी पानी छक लीए तो फिर करते हैं जी कंटिन्यू हाँ जी तेल आपां भरा लिया ते हुण कर रहे हैं जी रोटी गर्म ते रोटी छक के ते फिर आपां करांगे जी सफर नूं कंटिन्यू ते रोटी वास्ते अपना को अज पहला दिन आ पहले दिन अपना को ऑप्शन बहुत ज़्यादा होंदे आ जिदा 3-4 सब्जियां होंदियां ने है ना ते अपना सैलड सुलड सारा हुंदा ते जिदा इदा दिन वधी जांदे आ तुहाडा फूड खत्म हो जांदा तुहाडे ऑप्शन खत्म हो जांदे आ बट मैं कोशिश करता मैं ज़्यादातर फूड अपना घरों ही लियावा है ना पर फिर भी 3 दिन च फूड खत्म हो जाता तो फिर तू बाहरों खाना ही पैंदा ना पर फिर भी घट तो घट जिन्ना बाहरों खाधा जाए मेरी कोशिश होंगी क्योंकि मैं लाइक नहीं करता ना मैनू फॉर सम रीज़न ईवन तो इतने रेंद्यां नू काफ़ी टाइम हो गया हूँ 2007-13-14 साल हो गए मैं रेंद्यां नू इतने बट फिर भी मैं फॉर सम रीज़न जरा अमेरिकन फूड आना वह टेस्ट जहाँ नहीं बैठा मैं बर्गर बुर्गर स्वाद नहीं लगते स्पैशली जो बाहरों खाई दे मेरा जरा जबान का टेस्ट आ
ਇਹ ਇੰਡੀਅਨ ਰੋਟੀ ਤੇ ਪੱਕਿਆ ਹਜੇ ਤੱਕ ਈਵਨ ਦੋ ਮੈਨੂੰ ਇੱਥੇ ਰਹਿੰਦੇ ਨੂੰ ਇੰਨਾ ਟਾਈਮ ਹੋ ਗਿਆ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਕਿਉਂਕਿ ਮੈਂ ਕਾਫੀ ਟਾਈਮ ਪਹਿਲਾਂ ਇੰਡੀਅਨ ਰੈਸਟੋਰੈਂਟ ਚ ਕੰਮ ਵੀ ਕੀਤਾ ਤੇ ਉੱਥੇ ਵੀ ਇੰਡੀਅਨ ਰੋਟੀ ਆਪਾਂ ਨੂੰ ਵਧੀਆ ਮਿਲ ਜਾਂਦੀ ਸੀ ਤਾਂ ਕਰਕੇ ਮੈਂ ਇੰਡੀਅਨ ਫੂਡ ਹੀ ਜ਼ਿਆਦਾ ਪਸੰਦ ਕਰਦਾ ਤੇ ਆਪਾਂ ਆਪਣੀ ਸਬਜ਼ੀ ਵਗੈਰਾ ਕਰ ਲਈ ਹੈ ਜੀ ਗਰਮ ਤੇ ਨਾਲ ਤੁਹਾਨੂੰ ਬਾਹਰੋਂ ਇਦਾਂ ਦੀ ਸੈਲਡ ਦੀ ਪਲੇਟ ਨਹੀਂ ਮਿਲਣੀ ਤੇ ਆਪਾਂ ਸੈਲਡ ਵਗੈਰਾ ਆਪਣਾ ਮੈਂ ਘਰੋਂ ਹੀ ਲਿਆਉਂਦਾ ਹੁੰਦਾ ਤੇ ਇੱਕ ਤੇ ਆਪਣੀ ਅੱਖਾਂ ਸਾਹਮਣੇ ਫੂਡ ਤਿਆਰ ਹੋਇਆ ਹੈ ਨਾ ਇੱਕ ਸਾਫ਼ ਸਫਾਈ ਪੱਖੋਂ ਵੀ ਹੈ ਨਾ ਆਪਾਂ ਨੂੰ ਪਤਾ ਵੀ ਘਰ ਆਪਾਂ ਕਿੱਦਾਂ ਤਿਆਰ ਕੀਤਾ ਉਹਦੇ ਬਾਅਦ ਹੈਲਥੀ ਵੀ ਹੈ ਹੈ ਨਾ ਬਾਹਰ ਦਾ ਅਮੈਰੀਕਨ ਫੂਡ ਬਹੁਤ ਜ਼ਿਆਦਾ ਅਨਹੈਲਥੀ ਹੈ ਅਤੇ ਬਾਕੀ ਤੀਜੀ ਗੱਲ ਹੈ ਨਾ ਤੁਹਾਡੇ ਪੈਸੇ ਵੀ ਬਚਦੇ ਆ ਜੇ ਤੁਸੀਂ ਔਨ ਐਵਰੇਜ ਇੱਕ ਮੀਲ ਵੀ ਬਾਹਰੋਂ ਖਾਂਦੇ ਹੋ ਤੁਹਾਡੇ $10-12 ਲੱਗ ਜਾਂਦੇ ਆ ਹੈ ਨਾ ਅਤੇ ਨੋਟ ਓਨਲੀ ਤੁਸੀਂ ਚਲੋ ਜੇ ਤਾਂ ਉਹ ਮੀਲ ਵਧੀਆ ਵਾ ਫਿਰ ਤਾਂ ਵਰਥਾ ਹੈ ਨਾ ਕਈ ਵਾਰੀ ਪੈਸੇ ਵੀ ਖਰਚਦੇ ਆ ਤਾਂ ਤੁਹਾਨੂੰ ਮੀਲ ਵਧੀਆ ਨਹੀਂ ਮਿਲਦਾ ਪਰ ਢਿੱਡ ਭਰਨ ਲਈ ਤੁਹਾਨੂੰ ਖਾਣਾ ਪੈਂਦਾ ਤਾਂ ਕਰਕੇ ਮੈਂ ਪ੍ਰੈਫਰ ਕਰਦਾ ਕਿ ਘਰੋਂ ਹੀ ਜ਼ਿਆਦਾ ਤੋਂ ਜ਼ਿਆਦਾ ਫੂਡ ਲਿਆਂਦਾ ਜਾਏ ਅਤੇ ਮਤਲਬ ਕਿ ਤਿੰਨ ਚੀਜ਼ਾਂ ਹੋ ਜਾਂਦੀਆਂ ਇੱਕ ਤਾਂ ਸਾਫ਼ ਇੱਕ ਹੈਲਥੀ ਅਤੇ ਦੂਜਾ ਹੈ ਨਾ ਤੁਸੀਂ ਪੈਸੇ ਸੇਵ ਕਰਦੇ ਅਤੇ ਚਲੋ ਮੈਂ ਰੋਟੀ ਛੱਕ ਲਾਂ ਅਤੇ ਫਿਰ ਰੋਟੀ ਛੱਕ ਕੇ ਆਪਾਂ ਕਰਦੇ ਹਾਂ ਆਪਣਾ ਸਫ਼ਰ ਕੰਟੀਨਿਊ ਰੋਟੀ ਬਹੁਤ ਸਵਾਦ ਆ ਜੀ ਅਤੇ ਮੈਂ ਸਵੇਰ ਦਾ ਐਕਚੁਲੀ ਖਾਧਾ ਵੀ ਨਹੀਂ ਇੰਨਾ ਕੁਝ ਅਤੇ ਇੱਕ ਰੋਟੀ ਲੱਗਦਾ ਆਪਾਂ ਨੂੰ ਜ਼ਿਆਦਾ ਖਾਣੀ ਪੈਣੀ ਆ ਕਿਉਂਕਿ ਦੋ ਰੋਟੀਆਂ ਨਾਲ ਢਿੱਡ ਨਹੀਂ ਭਰਿਆ ਅਤੇ ਹੁਣ ਆਪਾਂ ਰਾਤ ਦਾ ਜਿੱਦਾਂ ਲੰਚ ਵੀ ਜਿੱਦਾਂ ਥੋੜ੍ਹਾ ਲੇਟ ਹੋ ਗਿਆ ਹੁਣ ਡਿਨਰ ਵੀ ਬੇਸਿਕਲੀ ਨਾਲ ਹੋ ਹੀ ਗਿਆ ਅਤੇ ਜਿੱਥੇ ਰੁਕਣਾ ਆਪਾਂ ਉੱਥੇ ਬਸ ਇੱਕ ਦੁੱਧ ਦਾ ਗਲਾਸ ਪੀ ਕੇ ਸੌਂ ਜਾਣਾ ਅਤੇ ਬਾਕੀ ਸਵੇਰੇ ਦੇਖਾਂਗੇ ਕੀ ਬਣਦਾ ਇੱਕ ਵਾਰੀ ਪਾਰਕ ਕਰਕੇ ਅਤੇ ਦੇਖ ਹੋਣਾ ਚਾਹੀਦਾ ਨਾ ਵੀ ਤੁਹਾਡਾ ਟਰੱਕ ਸਹੀ ਲੱਗਾ ਵਾ ਆਹ ਜਿੱਦਾਂ ਲਾਈਨ ਆਪਾਂ ਨੂੰ ਲਾਈਨ ਦੇ ਅੰਦਰ ਆ ਅਤੇ ਪਿੱਛੋਂ ਵੀ ਇੱਕ ਵਾਰੀ ਚੈੱਕ ਕਰ ਲੈਣਾ ਚਾਹੀਦਾ ਹੈ ਨਾ ਜਦੋਂ ਰਾਤ ਨੂੰ ਪਾਰਕ ਕਰਨਾ ਵੀ ਆਹ ਪਿਛਲਾ ਟਰੱਕ ਆ ਇੱਥੋਂ ਆਪਣੀ ਦੂਰੀ ਵੀ ਠੀਕ ਆ ਸੇਫ ਡਿਸਟੈਂਸ ਆ ਅਤੇ ਇੱਧਰ ਵੀ ਜਿਹੜੀ ਲਾਈਨ ਆ ਹੈ ਨਾ ਆਪਣਾ ਟਰੱਕ ਦੇ ਅੰਦਰ ਆ ਇਹਦੇ ਨਾਲ ਇੱਕ ਟਰੱਕ ਇੱਥੇ ਹੋਰ ਲੱਗ ਸਕਦਾ ਹੈ ਨਾ ਉਹਨੂੰ ਫਿਰ ਲਾਉਣ 'ਚ ਕੋਈ ਪਰੇਸ਼ਾਨੀ ਨਹੀਂ ਆਊਗੀ ਅਤੇ ਟਰੱਕ ਆਪਣਾ ਹੋ ਗਿਆ ਪਾਰਕ ਅਤੇ ਬਸ ਆਪਾਂ ਇੱਥੇ ਹੁਣ ਕਰਨੀ ਆ ਸਲੀਪ ਪਹੁੰਚ ਗਿਆ ਜੀ ਮੈਂ ਆਪਣੇ ਟਿਕਾਣੇ 'ਤੇ ਜਿੱਥੇ ਆਪਾਂ ਅੱਜ ਦੀ ਸਲੀਪ ਕਰਨੀ ਆ ਅਤੇ ਇੱਥੇ ਆਪਾਂ 10 ਘੰਟੇ ਦੀ ਬ੍ਰੇਕ ਲੈ ਕੇ ਅਤੇ ਫਿਰ ਸਵੇਰੇ ਕਰਾਂਗੇ ਸਫ਼ਰ ਨੂੰ ਕੰਟੀਨਿਊ ਅਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਤੇ ਇੱਥੋਂ ਹੀ ਆਪਾਂ ਕੱਲ੍ਹ ਕੰਟੀਨਿਊ ਕਰਾਂਗੇ ਅਤੇ ਬਸ ਹੁਣ ਸੋਣਾ ਹੀ ਆ ਜੀ 10 ਘੰਟੇ ਹੈਗੇ ਆਪਣੇ ਕੋਲ ਅਤੇ ਰੋਟੀ ਮੈਂ ਪਿੱਛੋਂ ਖਾਇਆ ਸੀਗਾ ਅਤੇ ਰੋਟੀ ਦੀ ਭੁੱਖ ਤਾਂ ਹੈ ਨਹੀਂ ਇੱਕ ਗਲਾਸ ਆਪਾਂ ਦੁੱਧ ਗਰਮ ਕਰ ਲੈਣਾ ਅਤੇ ਨਾਲ ਕੋਈ ਨੈੱਟਫਲਿਕਸ 'ਤੇ ਲਾ ਲੈਣੀ ਆ ਮੂਵੀ ਜਾਂ ਡਾਕੂਮੈਂਟਰੀ ਅਤੇ ਦੇਖਦਿਆਂ ਦੇਖਦਿਆਂ ਆਪਾਂ ਨੂੰ ਆਏ ਨਹੀਂ ਨੀਂਦ ਅਤੇ ਹੁਣ ਐਕਚੁਲੀ ਪਹਿਲਾਂ ਨਹੀਂ ਪਰ ਹੁਣ ਥੋੜ੍ਹੀ ਜਿਹੀ ਥਕਾਵਟ ਮਹਿਸੂਸ ਹੋ ਰਹੀ ਹੈ ਅਤੇ ਆਪਾਂ ਕੱਲ੍ਹ ਇੱਥੋਂ ਹੀ ਵੀਡੀਓ ਨੂੰ ਸਟਾਰਟ ਕਰਾਂਗੇ ਨਾ ਸੇਮ ਲੋਕੇਸ਼ਨ ਤੋਂ ਅਤੇ ਉਹ ਆਪਾਂ ਪਾਵਾਂਗੇ ਜਿੱਦਾਂ ਹੈ ਨਾ ਡੇ 2 ਦੇ ਵਿੱਚ ਅਤੇ ਜਿਹੜੇ ਮੇਰੇ ਵੀਰ ਨਵੇਂ ਜੁੜੇ ਆ ਚੈਨਲ ਦੇ ਨਾਲ ਹੈ ਨਾ ਤੁਸੀਂ ਪਲੀਜ਼ ਲਾਈਕ ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਆਪਾਂ
ਵੀਡੀਓਜ਼ ਦੀ ਥੋੜੀ ਫ੍ਰੀਕੁਐਂਸੀ ਵਧਾਵਾਂਗੇ ਅੱਗੇ ਨਾਲ ਤੇ ਚਲੋ ਆਪਾਂ ਕੱਲ ਮਿਲਦੇ ਆ ਤੇ ਤਦ ਤੱਕ ਲਈ ਗੋਡ ਬਲੈਸ ਯੂ ਆਲ ਐਂਡ ਰੱਬ ਰੱਖਾ ਜੀ।